ਹੈਲੋ ਐਵਰੀਵਨ, ਕਿਵੇਂ ਹੋ ਤੁਸੀਂ? ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਸੀਂ ਵੀ ਸਾਰੇ ਠੀਕ ਹਾਂ। ਮੈਂ ਸ਼ਸ਼ੀ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਜਾਨਵੀ ਭਾਵਨਾ ਬਲੌਗ 'ਚ। ਸਟਾਰਟ ਕਰਦੇ ਹਾਂ ਅੱਜ ਦਾ ਬਲੌਗ। ਟਾਈਮ ਹੈਗਾ ਸਵੇਰ ਦੇ 5 ਵਜੇ ਦਾ, ਅਤੇ ਮੈਂ ਸਵੇਰੇ ਅੱਜ 5 ਵਜੇ ਉੱਠ ਗਈ ਸੀਗੀ, ਅਤੇ ਫਿਰ ਮੈਂ ਉੱਠ ਕੇ ਮਾਰਨ ਲੱਗੀ ਹਾਂ ਝਾੜੂ, ਅਤੇ ਇੱਥੇ ਮੈਂ ਝਾੜੂ ਮਾਰਨ ਲੱਗ ਰਹੀ ਹਾਂ ਵਿਹੜੇ 'ਚ। ਵੈਸੇ ਤਾਂ ਬਲਬ ਜਗਾ ਰੱਖਿਆ, ਮੈਨੂੰ ਤਾਂ ਰੋਸ਼ਨੀ ਹੈਗੀ ਹੈ ਬਲਬ ਦੀ, ਪਰ ਪਤਾ ਨਹੀਂ ਕੈਮਰੇ 'ਚ ਨਹੀਂ ਆ ਰਹੀ ਹੈਗੀ ਰੋਸ਼ਨੀ, ਹਨੇਰਾ ਹਨੇਰਾ ਜਾ ਰਿਹਾ। ਅਤੇ ਜਾਨਵੀ ਉੱਠੀ ਹੋਈ ਸੀ ਕਿਉਂਕਿ ਉਹ ਸਵੇਰੇ ਪੇਪਰਾਂ ਕਰਕੇ ਪੜ੍ਹਦੀ ਹੈ, ਅਤੇ ਇਸ ਕਰਕੇ ਫਿਰ ਵੀਡੀਓ ਵੀ ਜਾਨਵੀ ਬਣਾ ਰਹੀ ਹੈ। ਅਤੇ ਚਲੋ ਜੀ, ਫਿਰ ਮੈਂ ਇੱਥੇ ਝਾੜੂ ਮਾਰ ਕੇ ਉਸ ਤੋਂ ਬਾਅਦ ਫਿਰ ਮੈਂ ਬਰਾਂਡੇ ਦੀ ਝਾੜੂ ਮਾਰੂੰਗੀ। ਅਤੇ ਕੁਛ ਨਾ, ਮੈਂ ਛੇਤੀ ਇਸ ਕਰਕੇ ਉੱਠ ਗਈ ਸੀ ਕਿਉਂਕਿ ਇਹਦੇ ਡੈਡੀ ਅੱਜ ਆਏ ਨਹੀਂ ਸੀ ਰਾਤ ਨੂੰ, ਅਤੇ ਫਿਰ ਉਹਨਾਂ ਦੀ ਰੋਟੀ ਬਣਾ ਕੇ ਭੇਜਣੀ ਹੈ, ਅਤੇ ਮੈਂ ਸੋਚਿਆ ਵੀ ਜਲਦੀ ਉੱਠ ਕੇ ਫਿਰ ਜਲਦੀ ਮੈਂ ਰੋਟੀ ਬਣਾ ਦੂੰਗੀ। ਲਓ ਜੀ ਫਰੈਂਡਸ, ਮੇਰੇ ਵਿਹੜੇ ਦੀ ਸਫਾਈ ਵੀ ਹੋ ਗਈ ਆ, ਅਤੇ ਮੈਂ ਬਰਾਂਡੇ ਦੀ ਵੀ ਕਰਤੀ ਆ, ਮੰਜੀਆਂ ਚੱਕਤੀਆਂ ਨੇ, ਸਾਰਾ ਸਮਾਨ ਆਪਣੀ ਥਾਂ 'ਤੇ ਰੱਖਤਾ ਵਾ। ਅਤੇ ਹੁਣ ਮੈਂ ਕਰੂੰਗੀ ਇਸ ਕਮਰੇ ਦੀ ਸਫਾਈ। ਹਾਂ, ਮੈਂ ਸਫਾਈ ਵਾਲਾ ਕੱਪੜਾ ਵੀ ਟੰਗ ਪਾ ਇਹਦੇ, ਕਿਉਂਕਿ ਮੈਂ ਇਸ ਕਮਰੇ ਦੀ ਸਫਾਈ ਕਰਨੀ ਆ। ਬਿਸਤਰੇ ਲਿਆ ਕੇ ਇੱਥੇ ਰੱਖਦੇ ਸੀ ਪਹਿਲਾਂ, ਫਿਰ ਜਾਊਂਗੀ। ਅਤੇ ਆਹ ਕਮਰੇ ਦੀ ਸਫਾਈ ਕਰਨ ਤੋਂ ਬਾਅਦ ਫਿਰ ਮੈਂ ਹੋ ਜੂੰਗੀ ਰੋਟੀਆਂ ਵੱਲ, ਕਿਉਂਕਿ ਮੈਂ ਭੇਜਣੀਆਂ ਨੇ ਜਾਨਵੀ ਦੇ ਡੈਡੀ ਦੀਆਂ ਰੋਟੀਆਂ ਕਿਸੇ ਦੇ ਹੱਥ, ਇਸ ਕਰਕੇ ਫਿਰ ਮੈਂ ਉਹ ਬਣਾਉਂਗੀ। ਅਤੇ ਟਾਈਮ ਹੋ ਗਿਆ 6 ਵਜੇ ਦਾ, ਚਲੋ ਫਿਰ ਕਰ ਲੈਂਦੇ ਹਾਂ। ਲਓ ਜੀ ਫਰੈਂਡਸ, ਆ ਗਈ ਸੀ ਮੈਂ ਰਸੋਈ ਦੇ ਵਿੱਚ ਰੋਟੀ ਬਣਾਉਣ ਵਾਸਤੇ। ਪਹਿਲਾਂ ਮੈਂ ਆਟਾ ਗੁੰਨ ਲਿਆ ਸੀਗਾ, ਅਤੇ ਆਟਾ ਗੁੰਨ ਕੇ ਥੋੜ੍ਹੀ ਦੇਰ ਮੈਂ ਰੱਖਤੀ ਸੀ, ਇੰਨੀ ਦੇਰ ਫਿਰ ਮੈਂ ਚਾਹ ਵਗੈਰਾ ਪੀ ਲਈ ਆ, ਅਤੇ ਉਸ ਤੋਂ ਬਾਅਦ ਨਾ ਫਿਰ ਮੈਂ ਸਬਜ਼ੀ ਗਰਮ ਰੱਖੀ ਹੈ, ਕਿਉਂਕਿ ਨਾ ਸਾਡਾ ਚੁੱਲ੍ਹਾ ਇੱਕ ਹੀ ਚੱਲਦਾ ਵਾ, ਦੂਸਰਾ ਚੁੱਲ੍ਹਾ ਦੇ ਬਟਨ ਵਗੈਰਾ ਟੁੱਟ ਗਏ ਨੇ, ਇਸ ਕਰਕੇ ਉਹ ਚੱਲਦਾ ਨਹੀਂ ਹੈਗਾ। ਫਿਰ ਇਸੇ ਚੁੱਲ੍ਹੇ 'ਤੇ ਪਹਿਲਾਂ ਸਬਜ਼ੀ ਵਗੈਰਾ ਗਰਮ ਕਰਨੀ ਪੈਂਦੀ ਹੈ, ਫਿਰ ਇਸੇ 'ਤੇ ਰੋਟੀ ਵਗੈਰਾ ਬਣਾਉਣੀ ਪੈਂਦੀ ਹੈ, ਇਸ ਕਰਕੇ ਅਤੇ ਇੱਥੇ ਮੈਂ ਬਣਾ ਲੂੰਗੀ ਰੋਟੀ। ਮੈਂ 2 ਬੰਦਿਆਂ ਦੀ ਰੋਟੀ ਬਣਾ ਕੇ ਭੇਜਣੀ ਹੈ, ਦੁਪਹਿਰ ਦੀ ਅਤੇ ਸਵੇਰ ਦੀ ਇਕੱਠੀ, ਅਤੇ ਬਾਕੀ ਜਿਹੜੇ ਅਸੀਂ ਘਰ ਹੈਗੇ ਹਾਂ ਇਹਨਾਂ ਦੀ ਬਣਾਉਣੀ ਹੈ ਮੈਂ ਰੋਟੀ। ਅਤੇ ਮੈਨੂੰ ਕਾਫੀ ਟਾਈਮ ਲੱਗ ਜਾਏਗਾ, 1.5 ਘੰਟੇ ਤੱਕ ਲੱਗ ਜਾਏਗਾ, ਕਿਉਂਕਿ ਜੇ ਰੋਟੀਆਂ ਜ਼ਿਆਦੀਆਂ ਨੇ ਇਸ ਕਰਕੇ। ਅਤੇ ਵਿੱਚੋਂ ਨਾ ਇਸ ਟਾਈਮ ਜਾਨਵੀ ਵੀ ਸੋਰੀ ਭਾਵਨਾ ਵੀ ਉੱਠ ਗਈ ਸੀ, ਅਤੇ ਉਹ ਵੀ ਪਰੇਸ਼ਾਨ ਕਰ ਰਹੀ ਸੀਗੀ, ਅਤੇ ਇਸ ਕਰਕੇ ਵੈਸੇ ਮੈਨੇ ਸਵੇਰੇ ਝਾੜੂ ਵਗੈਰਾ ਕੱਢੀ ਹੈ, ਅਤੇ ਉਦੋਂ ਭਾਵਨਾ ਸੁੱਤੀ ਹੋਈ ਸੀ, ਅਤੇ ਉਹ ਐਂ ਲੱਗਾ ਵੀ ਛੇਤੀ ਕੰਮ ਨਿਬੜ ਗਿਆ, ਕਿਉਂਕਿ ਭਾਵਨਾ ਨੇ ਵਿੱਚ ਟੰਗ ਨਹੀਂ ਨੜਾਈ ਹੈਗੀ। ਅਤੇ ਹੁਣ ਰੋਟੀਆਂ ਲੱਗੀਆਂ, ਅਤੇ ਮੈਨੂੰ ਕਿੰਨੀ ਵਾਰ ਮੈਂ ਭਾਵਨਾ ਨੂੰ ਦੇਖਣਾ ਪਿਆ, ਕਿਉਂਕਿ ਉਹ ਪਰੇਸ਼ਾਨ ਕਰ ਰਹੀ ਸੀ ਇਸ ਕਰਕੇ। ਅਤੇ ਇਸ ਕਰਕੇ ਫਿਰ ਐਂ ਲੱਗ ਜਾਂਦਾ ਕੰਮ ਬਾਹਲਾ ਲੰਬਾ ਵਾ, ਅਤੇ ਬਾਕੀ ਸਾਰਾ ਕੁਛ ਤਾਂ ਭਾਵਨਾ 'ਤੇ ਡਿਪੈਂਡ ਹੁੰਦਾ ਵਾ। ਲਓ ਜੀ ਫਰੈਂਡਸ, ਰੋਟੀਆਂ ਬਣਾਉਣ ਤੋਂ ਬਾਅਦ ਬਹਿ ਗਈ ਸੀ ਮੈਂ ਮੰਜੇ ਦੇ ਉੱਤੇ, ਅਤੇ ਭਾਵਨਾ ਨੂੰ ਗੋਦੀ ਲੈ ਕੇ ਦੁੱਧ ਪਿਆਉਣ ਵਾਸਤੇ, ਕਿਉਂਕਿ ਉਹ ਰੋ ਰਹੀ ਸੀ ਇਸ ਕਰਕੇ। ਅਤੇ ਇੱਥੇ ਹੋ ਗਈ ਹੈ ਜਾਨਵੀ ਦੀ ਤਿਆਰੀ, ਜਾਨਵੀ ਫਿਰ ਆਪਣਾ ਸਾਰਾ ਬੈਗ ਬੁੱਕ ਸੈੱਟ ਕਰਕੇ ਘੜੀ ਵਗੈਰਾ ਬੰਨ ਰਹੀ ਸੀਗੀ, ਅਤੇ ਉਹਦੀ ਵੀ ਜਾਣ ਦੀ ਤਿਆਰੀ ਹੋ ਗਈ, ਉਹਨੇ ਜਾਣਾ ਵਾ ਸਕੂਲ। ਅਤੇ ਰੋਟੀ ਵਗੈਰਾ ਲੈ ਕੇ ਨਹੀਂ ਜਾਂਦੀ ਹੈਗੀ, ਕਿਉਂਕਿ ਰੋਟੀ ਆ ਕੇ ਖਾ ਲੈਂਦੀ, ਕਈ ਵਾਰ 10:30 ਵਜੇ ਆ ਜਾਂਦੀ ਹੈ, ਅਤੇ ਕਈ ਵਾਰ 11:30 ਵਜੇ ਤੱਕ ਆ ਜਾਂਦੀ ਹੈ। ਲਓ ਜੀ ਫਰੈਂਡਸ, ਰੋਟੀਆਂ ਬਣਾਉਣ ਤੋਂ ਬਾਅਦ ਮੈਂ ਰੋਟੀਆਂ ਪਾਤੀਆਂ ਨੇ, ਜਾਨਵੀ ਖਾ ਗਈ ਹੈ, ਅਤੇ ਦੇਖ ਲਓ ਆਪਣੀ ਰਸੋਈ 'ਚ ਖਲਾਰਾ ਕਿਵੇਂ ਪਿਆ ਹੋਇਆ ਵਾ। ਅਤੇ ਹੁਣ ਫਿਰ ਮੈਂ ਚੱਕੂੰਗੀ ਇਹਨੂੰ, ਇਸ ਖਲਾਰੇ ਨੂੰ, ਮਤਲਬ ਰਸੋਈ ਸਾਫ਼ ਕਰੂੰਗੀ, ਅਤੇ ਉਸ ਤੋਂ ਬਾਅਦ ਫਿਰ ਮੈਂ ਸਾਫ਼ ਕਰੂੰਗੀ ਆਹ ਵਾਲਾ ਰੂਮ, ਕਿਉਂਕਿ ਪਰਲਾ ਰੂਮ ਮੈਂ ਸਾਫ਼ ਕਰਤਾ ਵਾ। ਅਤੇ ਇੱਥੇ ਕੱਪੜੇ ਤੈਅ ਕਰਨ ਵਾਲੇ ਪਏ ਨੇ ਮੇਰੇ ਕੱਲ੍ਹ ਵਾਲੇ, ਆਹ ਦੇਖ ਲਓ ਜਾਨਵੀ ਨੇ 2-4 ਕੀਤੇ ਸੀਗੇ, ਬਾਕੀ ਕੀਤੇ ਨਹੀਂ ਹੈਗੇ। ਜੇ ਨਾਲ ਦੀ ਨਾਲ ਕੱਪੜੇ ਤੈਅ ਹੋ ਜਾਣ ਤਾਂ ਹੋ ਜਾਣ, ਨਹੀਂ ਬਾਅਦ 'ਚ ਤਾਂ ਫਿਰ ਪਏ ਰਹਿੰਦੇ ਨੇ, ਫਿਰ ਤਾਂ ਨਾ ਆਲਸ ਜਾਂਦਾ ਰਹਿੰਦਾ ਵਾ, ਜੀ ਨਹੀਂ ਕਰਦਾ ਤੈਅ ਕਰਨ ਨੂੰ। ਪਰ ਹੁਣ ਮੈਂ ਇਸ ਕਮਰੇ ਦੀ ਸਫਾਈ ਕਰਨ ਤੋਂ ਪਹਿਲਾਂ ਇਹਨਾਂ ਨੂੰ ਜ਼ਰੂਰ ਤੈਅ ਕਰੂੰਗੀ, ਫਿਰ ਹੀ ਮੈਂ ਇਸ ਕਮਰੇ ਦੀ ਸਫਾਈ ਕਰੂੰਗੀ। ਲਓ ਜੀ ਫਰੈਂਡਸ, ਮੈਂ ਬੈਠ ਗਈ ਸੀ ਇੱਥੇ ਕੱਪੜੇ ਤੈਅ ਕਰਨ ਵਾਸਤੇ,
ਅਤੇ ਜਿਹੜੇ ਕੱਪੜੇ ਤੈਅ ਕਰਨੇ ਸੀਗੇ ਉਹ ਤਾਂ ਮੈਂ ਤੈਅ ਕੀਤੇ ਨਾਲ ਦੇ ਨਾਲ ਅੱਜ ਮੈਂ ਨਾ ਨੀਚੇ ਵਾਲੀ ਅਲਮਾਰੀ ਅਤੇ ਖਾਨੇ ਦੀ ਵੀ ਸਫਾਈ ਕਰਤੀ, ਯਾਨੀ ਕਿ ਸਾਰੇ ਕੱਪੜੇ ਉਦਲ ਹੁਦਲ ਹੋਏ ਪਏ ਸੀਗੇ ਉਹ ਵੀ ਮੈਂ ਤੈਅ ਕਰਤੇ ਆ, ਅਤੇ ਭਾਵਨਾ ਰੋਣ ਲੱਗ ਰਹੀ ਸੀ ਇਸ ਕਰਕੇ ਮੈਂ ਉਹਨੂੰ ਚੀਜ਼ ਦਵਾ ਕੇ ਲਿਆਈ ਹਾਂ ਅਤੇ ਉਹਨੂੰ ਮੈਂ ਚੀਜ਼ ਦੇ ਕੇ ਬਿਠਾਇਆ ਹੋਇਆ ਕੋਲ ਵੀ ਤੂੰ ਚੀਜ਼ ਖਾ ਲਾ ਅਤੇ ਮੈਂ ਕੱਪੜੇ ਤੈਅ ਕਰ ਲੈਂਦੀ ਹਾਂ। ਅਤੇ ਆ ਨਾ ਮੇਰਾ ਕਾਫੀ ਦਿਨਾਂ ਦਾ ਕੰਮ ਪੈਂਡਿੰਗ ਪਿਆ ਹੋਇਆ ਸੀ ਕੱਪੜੇ ਤੈਅ ਮਾਰਨ ਨਾਲ ਨੀਚੇ ਵਾਲੇ ਖਾਨੇ ਦੇ, ਬਾਕੀ ਖਾਨੇ ਤਾਂ ਮੈਂ ਨਾਲ ਦੀ ਨਾਲ ਸੈੱਟ ਕਰ ਦਿੰਦੀ ਹੁੰਦੀ ਹਾਂ, ਪਰ ਨੀਚੇ ਨਾ ਸਾਡੇ ਘਰ ਪਾਉਣ ਵਾਲੇ ਕੱਪੜੇ ਆ ਮੇਰੇ ਅਤੇ ਜਾਨਵੀ ਦੇ, ਅਤੇ ਜਦੋਂ ਵੀ ਉਹ ਕੱਢਦੀ ਹੈ ਨਾ ਫਿਰ ਇੱਧਰ ਉੱਧਰ ਕਰ ਦਿੰਦੀ ਹੈ ਸਾਰੇ ਕੱਪੜੇ, ਅਤੇ ਕੁਛ ਨੀਚੇ ਝੁੱਕ ਕੇ ਕੱਪੜੇ ਕੱਢਣੇ ਥੋੜ੍ਹੇ ਜਿਹੇ ਔਖੇ ਆ, ਤਾਂ ਐਵੇਂ ਨਾ ਨੀਚੇ ਖੜੇ ਖੜੇ ਜਿਹੇ ਹੋ ਗਏ ਅਸੀਂ ਕੱਪੜੇ ਕਈ ਵਾਰ ਕੱਢਦੇ ਹਾਂ ਤਾਂ ਐਂ ਹੀ ਹੋ ਜਾਂਦੇ ਨੇ। ਅਤੇ ਆਹ ਵਾਲਾ ਮੇਰਾ ਕੰਮ ਕਈ ਦਿਨਾਂ ਦਾ ਪੈਂਡਿੰਗ ਪਿਆ ਸੀਗਾ, ਇਸ ਕਰਕੇ ਫਿਰ ਮੈਂ ਸੋਚਿਆ ਵੀ ਅੱਜ ਤਾਂ ਰੋਟੀ ਵਗੈਰਾ ਵੀ ਬਣਾ ਦਿੱਤੀ ਹੈ ਅਤੇ ਹਜੇ ਟਾਈਮ ਹੋਇਆ ਵਾ 8:30 ਦਾ ਜਾਂ 8:15 ਦਾ ਹੋਇਆ ਹੋਊਗਾ, ਵੀ ਕਾਫੀ ਟਾਈਮ ਆ, ਚਲੋ ਅੱਜ ਮੈਂ ਨਾ ਆਹ ਵਾਲਾ ਕੰਮ ਕਰ ਲੈਂਦੀ ਹਾਂ। ਅਤੇ ਫਿਰ ਮੈਂ ਭਾਵਨਾ ਨੂੰ ਇੱਕ ਸਾਈਡ 'ਤੇ ਬਿਠਾ ਕੇ ਅਤੇ ਫਿਰ ਮੈਂ ਨੀਚੇ ਵਾਲੇ ਖਾਨੇ ਦੇ ਸਾਰੇ ਕੱਪੜੇ ਕੱਢ ਕੇ ਪੂਰੇ ਦੇ ਪੂਰੇ ਫਿਰ ਮੈਂ ਤੈਅ ਮਾਰਿਆ, ਅਤੇ ਫਿਰ ਮੈਂ ਜਚਾ ਤੇ ਇੱਕ ਇੱਕ ਮਤਲਬ ਤੈਅ ਲਾ ਕੇ ਇੱਕ ਲੈਣਾ ਬਣਾ ਕੇ ਲਾਤੀਆਂ। ਅਤੇ ਉਸ ਤੋਂ ਬਾਅਦ ਫਿਰ ਮੈਂ ਲੱਗ ਗਈ ਸੀਗੀ ਉਸ ਤੋਂ ਉੱਪਰ ਜਿਹੜਾ ਖਾਨਾ ਵਾ, ਨੀਚੇ ਵਾਲੇ ਖਾਨੇ 'ਚ ਦੋ ਖਾਨੇ ਨੇ, ਇੱਕ ਉੱਪਰ ਇੱਕ ਨੀਚੇ, ਜਿਹੜਾ ਉੱਪਰਲਾ ਖਾਨਾ ਵਾ ਉਹਦੇ ਕੱਪੜੇ ਮੈਂ ਕੱਢੇ ਨੇ ਉਹਦੇ ਵੀ ਮੈਂ ਜਚਾ ਤੇ, ਅਤੇ ਇਸ ਤਰ੍ਹਾਂ ਨਾ ਮੇਰੀ ਅਲਮਾਰੀ ਨੀਚੇ ਵਾਲੇ ਖਾਨਿਆਂ ਵਾਲੀ ਬਿਲਕੁਲ ਕਲੀਅਰ ਹੋ ਗਈ, ਬਿਲਕੁਲ ਸੈੱਟ ਹੋ ਗਈ, ਔਰਗਨਾਈਜ਼ਰ ਹੋ ਗਈ ਹੈ। ਅਤੇ ਮਤਲਬ ਹੁਣ ਦੇਖਣ 'ਚ ਵੀ ਸੋਹਣੀ ਲੱਗਦੀ ਹੈ ਵੀ ਹਾਂ ਦੇਖ ਲਓ ਕੱਪੜੇ ਕੱਢ ਲਓ। ਜਦੋਂ ਜਾਨਵੀ ਨੇ ਆ ਕੇ ਸਕੂਲ ਤੋਂ ਕੱਪੜੇ ਕੱਢਣ ਵਾਸਤੇ ਅਲਮਾਰੀ ਖੋਲ੍ਹੀ ਤਾਂ ਉਹਨੂੰ ਬਹੁਤ ਹੀ ਵਧੀਆ ਲੱਗੀ, ਅਤੇ ਉਹ ਕਹਿੰਦੀ ਮੰਮੀ ਬਹੁਤ ਸੋਹਣੀ ਬਣਾਤੀ ਹੈ, ਮਤਲਬ ਵਾਓ ਸਹੀ ਕਰਤਾ ਕੰਮ, ਕਿਉਂਕਿ ਕੱਪੜੇ ਕੱਢਣੇ ਸਮਝ ਨਹੀਂ ਆ ਰਿਹਾ ਸੀ ਕਿਹੜਾ ਸਲਵਾਰ ਕਿੱਥੇ ਪਈ ਹੈ, ਕਮੀਜ਼ ਕਿੱਥੇ ਪਿਆ, ਲੋਅਰ ਕਿੱਥੇ ਪਈ ਹੈ। ਅਤੇ ਅੱਜ ਬਿਲਕੁਲ ਕੱਪੜੇ ਨਾ ਜਿਵੇਂ ਹਰੇਕ ਆਪਣੀ ਜਗ੍ਹਾ 'ਤੇ ਮਿਲ ਗਿਆ ਅਤੇ ਬਹੁਤ ਵਧੀਆ ਲੱਗਾ। ਕਈ ਵਾਰ ਆਪਣੇ ਐਵੇਂ ਪੈਂਡਿੰਗ ਪਏ ਹੁੰਦੇ ਆ ਕੰਮ ਜਿਹੜੇ ਆਪਾਂ ਸੋਚਦੇ ਹਾਂ ਕਰਾਂਗੇ ਕਰਾਂਗੇ ਕਰਾਂਗੇ, ਬਟ ਨਾ ਉਹ ਕਈ ਦਿਨਾਂ ਤੱਕ ਐਂ ਪਏ ਰਹਿੰਦੇ ਆ। ਅਗਰ ਆਪਾਂ ਹਰ ਕੰਮ ਨੂੰ ਇੱਕ ਦਿਨ 'ਚ ਇੱਕ ਕੰਮ ਵੀ ਪੈਂਡਿੰਗ ਪਿਆ ਹੋਇਆ ਕਰ ਲਈਏ ਨਾ, ਵਿੱਚ ਜਿਹੜੇ ਵੀ ਕੰਮ ਆਪਣੇ ਪੈਂਡਿੰਗ ਪਏ ਹੁੰਦੇ ਆ ਉਹ ਇੱਕ ਦਿਨ 'ਚ ਇੱਕ ਕਰ ਲਈਏ ਤਾਂ ਵੀ ਆਪਣੇ ਕੰਮ ਨਿਬੜ ਜਾਣ, ਅਤੇ ਬਸ ਆਪਾਂ ਐਂ ਘੋਲ ਕਰ ਜਾਂਦੇ ਹਾਂ। ਅਤੇ ਜਦੋਂ ਤੱਕ ਭਾਵਨਾ ਦੀ ਚੀਜ਼ ਖਤਮ ਹੋਈ ਉਦੋਂ ਤੱਕ ਮੇਰੇ ਕੱਪੜੇ ਵੀ ਤੈਅ ਹੋ ਗਏ ਸੀਗੇ, ਪਰ ਫਿਰ ਵੀ ਉਹ ਚੀਜ਼ ਲੈ ਕੇ ਭੱਜ ਗਈ ਹੁਸਨ ਹੁਣਾਂ ਦੇ ਘਰ। ਅਤੇ ਉਹਨਾਂ ਦੇ ਘਰ ਵਗਜੇ ਤਾਂ ਕੋਈ ਡਰ ਨਹੀਂ ਹੈਗਾ ਕਿਉਂਕਿ ਉਹਨਾਂ ਦਾ ਘਰ ਪੱਕਾ ਵਾ, ਮਿੱਟੀ ਵਗੈਰਾ ਨਹੀਂ ਹੈਗੀ, ਪਰ ਅਗਰ ਮੇਰੀ ਜਿਠਾਣੀ ਦੇ ਘਰ ਜਾਂਦੀ ਹੈ ਨਾ ਉੱਥੇ ਥੋੜ੍ਹੀ ਜਿਹੀ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਉਹਨਾਂ ਦਾ ਘਰ ਕੱਚਾ ਹੈ, ਅਤੇ ਵੈਸੇ ਵੀ ਉਹ ਮਿੱਟੀ ਵਗੈਰਾ ਦਾ ਕੰਮ ਕਰਨ ਲੱਗ ਰਹੇ ਨੇ, ਸਾਂਝੀ ਮਾਤਾ ਦੀਆਂ ਟਿੱਕੀਆਂ ਵਗੈਰਾ ਬਣਾਉਣ ਲੱਗ ਰਹੇ ਨੇ। ਅਤੇ ਫਿਰ ਐਂ ਨਹੀਂ ਹੈਗਾ ਪਤਾ ਨਹੀਂ ਚੱਕ ਕੇ ਉਹ ਇੱਕ ਅੱਧੀ ਟਿੱਕੀ ਮੂੰਹ 'ਚ ਪਾ ਲਵੇ, ਅਤੇ ਉੱਥੇ ਥੋੜ੍ਹੀ ਜਿਹੀ ਦਿੱਕਤ ਰਹਿੰਦੀ ਹੈ। ਅਤੇ ਇੱਥੇ ਜੀ ਮੇਰੀ ਨੀਚੇ ਅਲਮਾਰੀ ਦੇ ਦੋਨੇ ਖਾਨਿਆਂ ਦੀ ਜਿਹੜੀ ਹੋ ਗਈ ਸੀ ਕੰਮ ਜਿਹੜਾ ਮੈਂ ਕਰਨ ਲੱਗ ਰਹੀ ਸੀਗੀ ਸਾਂਭ ਸਮਾਈ ਜੀ ਉਹ ਹੋ ਚੁੱਕੀ ਸੀਗੀ, ਅਤੇ ਉਸ ਤੋਂ ਬਾਅਦ ਫਿਰ ਮੈਂ ਕਰੂੰਗੀ ਇਸ ਕਮਰੇ ਦੀ ਸਫਾਈ, ਝਾੜੂ ਵਗੈਰਾ ਅਤੇ ਬੈੱਡ ਵਗੈਰਾ ਸਾਫ਼ ਕਰਕੇ ਚੱਦਰ ਝਾੜ ਕੇ, ਅਤੇ ਆਪਣੇ ਉਹ ਵੀ ਮੈਂ ਕੰਮ ਨਾਲ ਦੀ ਨਾਲ ਕਰ ਲੂੰਗੀ। ਆਹ ਵਾਲਾ ਸੂਟ ਵੀ ਮੈਂ ਅੱਜ ਰਿਟਾਇਰ ਕਰਤਾ ਵਾ, ਹੁਣ ਮੈਂ ਅੱਜ ਤੋਂ ਬਾਅਦ ਇਹਨੂੰ ਨਹੀਂ ਪਾਉਣਾ ਹੈਗਾ, ਅਤੇ ਨਾਲ ਹੀ ਆਹ ਵਾਲੀ ਚੁੰਨੀ ਵੀ ਕਰਤੀ ਰਿਟਾਇਰ। ਅਤੇ ਆ ਕੋਈ ਪੰਪਲੇਟ ਦੇ ਕੇ ਗਿਆ ਵਾ ਵੀ ਵਾਈਫਾਈ ਲਵਾਓ ਤੁਸੀਂ ਜੇ ਨਹੀਂ ਲਵਾਇਆ ਤਾਂ, ਪੰਪਲੇਟ ਵੰਡਦੇ ਫਿਰਦੇ ਸੀਗੇ ਗਲੀ 'ਚ। ਅਤੇ ਆਹ ਦੇਖ ਲਓ ਜਾਨਵੀ ਆ ਗਈ ਆ, ਉਹ ਵੀ ਭਾਵਨਾ ਨਾਲ ਸੌ ਗਈ ਜਾਂਦਾ, ਹਜੇ ਰੋਟੀ ਨਹੀਂ ਖਾਧੀ, ਹਜੇ ਥੋੜ੍ਹੇ ਜਿਹੇ ਬੱਦਲ ਹੋ ਰਹੇ ਆ। ਕੁੜੀਏ ਰੋਟੀ ਖਾ ਲਾ ਉੱਠ। ਹਾਂ
ਹਾਂਜੀ ਫਰੈਂਡਸ, ਸ਼ਾਮ ਦਾ ਟਾਈਮ ਹੋ ਗਿਆ ਅਤੇ ਮੈਂ ਹਟੀ ਹਾਂ ਗੈਸ ਵਗੈਰਾ ਸਾਫ਼ ਕਰਕੇ, ਅਤੇ ਇੱਧਰ ਮੈਂ ਭਾਂਡੇ ਮਾਂਜ ਕੇ ਹਟੀ ਹਾਂ, ਅਤੇ ਹੁਣ ਮੈਂ ਧਰੂੰਗੀ ਛੋਲੇ ਉਬਾਲਣ ਵਾਸਤੇ ਕਿਉਂਕਿ ਅੱਜ ਮੈਂ ਬਣਾਉਂਗੀ ਛੋਲਿਆਂ ਦੀ ਸਬਜ਼ੀ। ਹਾਂਜੀ ਫਰੈਂਡਸ, ਇੱਥੇ ਮੈਂ ਲੱਗ ਗਈ ਸੀ ਪਏ ਹੋਏ ਛੋਲਿਆਂ ਨੂੰ ਸਾਫ਼ ਕਰਨ ਵਾਸਤੇ, 4 ਤੋਂ 5 ਵਾਰੀ ਮੈਂ ਪਾਣੀ ਪਾ ਕੇ ਇਹਨਾਂ ਨੂੰ ਸਾਫ਼ ਕਰ ਲੂੰਗੀ ਚੰਗੀ ਤਰ੍ਹਾਂ, ਅਤੇ ਫਿਰ ਮੈਂ ਇਹਨਾਂ ਨੂੰ ਰੱਖ ਦੂੰਗੀ ਉਬਾਲਣ ਵਾਸਤੇ। ਆ ਕਰੀ, ਆ ਕਰ, ਆ ਕਰ, ਆ ਕਰ, ਚੱਲੀ ਕਿੱਥੇ ਆ? ਮੈਂ ਕੀ ਕਹਿ ਰਹੀ, ਆ ਕਰ, ਆ ਕਰ, ਆ ਕਰੀ, ਆ ਕਰ, ਆ ਕਰ ਦੇ ਕਾਜੋ ਵਿੱਚ, ਆ ਕਾਜ, ਆ ਕਾਜ, ਆ ਕੀ ਖਾਧਾ ਦਿਖਾਈ, ਦਿਖਾਈ ਕੀ ਖਾਧਾ, ਦਿਖਾ ਦੇ ਕੀ ਖਾਧਾ, ਮਿੱਟੀ। ਹੁਣ ਕਿੰਨੇ ਛਿੱਤਰ ਲਾਵਾਂ ਤੇਰੇ, ਥੱਪੜ ਕਿੰਨੇ ਲਾਵਾਂ? ਹਾਂਜੀ ਫਰੈਂਡਸ, ਭਾਵਨਾ ਨੂੰ ਬਾਹਰੋਂ ਲਿਆਉਣ ਤੋਂ ਬਾਅਦ ਫਿਰ ਮੈਂ ਛੋਲਿਆਂ ਨੂੰ ਲਾਉਣ ਲੱਗੀ ਸੀ ਤੜਕਾ, ਅਤੇ ਛੋਲੇ ਮੈਂ ਉਬਾਲੇ ਸੀਗੇ ਇਸ ਕੁੱਕਰ ਦੇ ਵਿੱਚ, ਅਤੇ ਤੜਕਾ ਲਾ ਕੇ ਅਤੇ ਫਿਰ ਇਹਦੇ 'ਚ ਆਲੂ ਪਾ ਕੇ ਅਤੇ ਚੰਗੀ ਤਰ੍ਹਾਂ ਮਤਲਬ ਕਿ ਥੋੜ੍ਹਾ ਜਿਹਾ ਤੜਕਾ ਪਕਾ ਕੇ ਉਸ ਤੋਂ ਬਾਅਦ ਫਿਰ ਮੈਂ ਨਾ ਦੁਬਾਰਾ ਇਹਨੂੰ ਕੁੱਕਰ ਦੇ ਵਿੱਚ ਹੀ ਪਾ ਦੂੰਗੀ, ਅਤੇ 3-4 ਸੀਟੀਆਂ ਲਵਾ ਦੂੰਗੀ। ਉਸ ਤੋਂ ਫਿਰ ਆਲੂ ਜਿਹੜੇ ਆ ਉਹ ਵੀ ਗਲ ਜਾਣਗੇ, ਅਤੇ ਆਪਣੀ ਸਬਜ਼ੀ ਜਿਹੜੀ ਆ ਬਣ ਕੇ ਤਿਆਰ ਹੋ ਜਾਵੇਗੀ। ਇੱਥੇ ਜੀ ਮੇਰੇ ਘੜੇ ਦਾ ਪਾਣੀ ਹੋ ਗਿਆ ਸੀ ਖਤਮ ਪੀਣ ਵਾਲੇ ਦਾ, ਅਤੇ ਫਿਰ ਮੈਂ ਉਹਨੂੰ ਧੋ ਕੇ ਲੈ ਕੇ ਆਈ ਹਾਂ, ਅਤੇ ਉਸ ਤੋਂ ਬਾਅਦ ਜਿਹੜਾ ਪੀਪੀ 'ਚ ਪਾਣੀ ਪਿਆ ਸੀ ਉਹ ਮੈਂ ਘੜੇ 'ਚ ਪਾ ਦੂੰਗੀ, ਕਿਉਂਕਿ ਨਾ ਪੀਪੀ 'ਚ ਅਸੀਂ ਪੀਣ ਵਾਲਾ ਪਾਣੀ ਭਰ ਕੇ ਰੱਖਦੇ ਹਾਂ, ਜਦੋਂ ਖਤਮ ਹੋ ਜਾਂਦਾ ਘੜਾ ਫਿਰ ਇਹਦੇ ਵਿੱਚੋਂ ਅਸੀਂ ਪਾ ਲੈਂਦੇ ਹਾਂ। ਅਤੇ ਮੇਰੇ ਵੱਲੋਂ ਰਿਕੁਐਸਟ ਹੈ ਜੀ ਸਾਰੇ ਭੈਣ ਭਰਾਵਾਂ ਨੂੰ, ਜਿਹੜਾ ਵੀ ਭੈਣ ਭਰਾ ਸਾਡੇ ਚੈਨਲ 'ਤੇ ਨਵਾਂ ਆਇਆ ਵਾ, ਉਹ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੇ, ਅਤੇ ਨਾਲ ਲੱਗਦੇ ਬੈੱਲ ਆਈਕਨ ਦੇ ਬਟਨ ਨੂੰ ਵੀ ਪ੍ਰੈਸ ਕਰ ਲਵੇ ਤਾਂ ਕਿ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ, ਅਤੇ ਨਾਲ ਦੀ ਨਾਲ ਜੀ ਸ਼ੇਅਰ ਵੀ ਕਰ ਦਿਆ ਕਰੋ, ਕਮੈਂਟ ਵੀ ਕਰ ਦਿਆ ਕਰੋ ਜੀ। ਅਤੇ ਇੱਥੇ ਮੈਂ ਕਰਨ ਲੱਗ ਰਹੀ ਹਾਂ ਸੂਟ ਦੀ ਸੈਟਿੰਗ, ਮਤਲਬ ਸੂਟ ਕੱਢਣ ਲੱਗ ਰਹੀ ਸੀ ਇੱਕ, ਅਤੇ ਇੱਥੇ ਮੈਂ ਬਣਾਉਣ ਲੱਗ ਗਈ ਸੀ ਰੋਟੀਆਂ। ਵੈਸੇ ਮੈਂ ਰੋਟੀ ਨਾ 3-4 ਹੀ ਬਣਾਉਣੀ ਹੈ, ਕਿਉਂਕਿ ਮੈਂ ਅੱਜ ਛੋਲਿਆਂ ਦੀ ਸਬਜ਼ੀ ਦੇ ਨਾਲ ਬਣਾਏ ਆ ਚੌਲ ਇਸ ਕਰਕੇ। ਅਤੇ ਇੱਥੇ ਜੀ ਭਾਵਨਾ ਨੂੰ ਪਾ ਕੇ ਦਿੱਤੀ ਸੀ ਕੋਲੀ 'ਚ ਥੋੜ੍ਹੇ ਜਿਹੇ ਚੌਲ, ਅਸੀਂ ਕਿਹਾ ਵੀ ਚੱਲ ਖਾ ਲੂਗੀ, ਅੱਜ ਕੱਲ੍ਹ ਆ ਚਮਚ ਦੇ ਨਾਲ ਕੁਛ ਖਾਣ ਦੀ ਕੋਸ਼ਿਸ਼ ਕਰਦੀ ਹੈ, ਅਤੇ ਥੋੜ੍ਹੇ ਬਹੁਤੇ ਖਾਂਦੀ ਹੈ ਬਾਕੀ ਡੋਲ ਦਿੰਦੀ ਹੈ, ਅਤੇ ਚਲੋ ਐਵੇਂ ਹੌਲੀ ਹੌਲੀ ਸਿੱਖ ਲੇਗੀ। ਅਤੇ ਇੱਧਰ ਜਾਨਵੀ ਨੇ ਅੱਜ ਪਾਇਆ ਵਾ ਉਹ ਵਾਲਾ ਟੋਪ ਜਿਹੜਾ ਮੈਂ ਕਮੀਜ਼ ਦਾ ਟੋਪ ਬਣਾਇਆ ਸੀ, ਯਾਨੀ ਕਿ ਪੂਰੀ ਕਮੀਜ਼ ਸੀਗੀ ਲੈਂਥ ਵਾਈਜ਼, ਅਤੇ ਉਹ ਕਮੀਜ਼ ਨੂੰ ਕਟਿੰਗ ਕਰਕੇ ਇਹਦਾ ਟੋਪ ਬਣਾ ਤਾ, ਸਾਈਡਾਂ 'ਤੇ ਫਲਾਵਰ ਜੇ ਬਣਾ ਕੇ ਲਾ ਤੇ ਲੁੱਪੀਆਂ ਦੇ, ਅਤੇ ਦੇਖ ਲਓ ਵਧੀਆ ਸੋਹਣਾ ਲੱਗਣ ਲੱਗ ਰਿਹਾ ਵਾ, ਅਤੇ ਤੁਸੀਂ ਵੀ ਐਵੇਂ ਬਣਾ ਸਕਦੇ ਹੋ।
ਅਗਰ ਕੋਈ ਕਮੀਜ਼ ਹੋਵੇ ਤਾਂ ਐਵੇਂ ਆਪਣੀ ਚੀਜ਼ ਵੀ ਕੰਮ ਆ ਜਾਂਦੀ ਹੈ ਅਤੇ ਵੇਸਟ ਵੀ ਨਹੀਂ ਜਾਂਦੀ ਹੈਗੀ। ਚਲੋ ਜੀ, ਥੈਂਕ ਯੂ ਜੀ।